Jithe Jaye Bahye Bhala Kahiye. Sa seva kiti safal hai jit satgur ka man mannai. ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣ ਬੰਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ। ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਗੁਰਦੇਵ ਪਿਤਾ ਜੀ ਤਿਨ੍ਹਾਂ ਦੇ ਇਹ ਮਿੱਠੜੇ ਬਚਨ। ਧੰਨ ਗੁਰੂ ਅਮਰਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰੋਂ ਘਰੋਂ ਵਰੋਸਾਏ ਹੋਏ ਸੋਹਣੇ ਅਤੇ ਸੁਚੱਜੇ ਅਸੂਲਾਂ ਨੂੰ ਹੁਕਮ ਜਾਣ ਕੇ ਜਗਤ ਵਿੱਚ ਪ੍ਰਚਾਰਿਆ। ਗੁਰੂ ਦੇ ਉਪਦੇਸ਼ ਨੂੰ ਚੌਂ ਵਰਨਾਂ ਦੇ ਵਿੱਚ ਚੌਂ ਯੁੱਗਾਂ ਦੇ ਵਿੱਚ ਬੜੇ ਸੁੰਦਰ ਢੰਗ ਨਾਲ ਪ੍ਰਚਾਰ ਕੇ ਜਗਤ ਨੂੰ ਸਿੱਖੀ ਦੇ ਮਾਰਗ 'ਤੇ ਟੋਰਿਆ। ਸ਼੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਤਿਗੁਰਾਂ ਨੇ ਟਿਕਾਣਾ ਕੀਤਾ। ਉਸ ਪਵਿੱਤਰ ਅਸਥਾਨ ਨੂੰ ਸਿੱਖੀ ਦਾ ਧੁਰਾ ਬਣਾ ਦਿੱਤਾ। ਆਪਣੇ ਸਮਿਆਂ ਦੇ ਵਿੱਚ ਸਤਿਗੁਰਾਂ ਨੇ 22 ਮੰਜੀਆਂ ਥਾਪੀਆਂ ਸਿੱਖੀ ਪ੍ਰਚਾਰ ਦੇ ਲਈ, ਪ੍ਰਚਾਰਕ ਤਿਆਰ ਕੀਤੇ ਜਿਨ੍ਹਾਂ ਨੂੰ ਵੱਖ ਵੱਖ ਇਲਾਕਿਆਂ ਵਿੱਚ ਘੱਲ ਕੇ ਸਿੱਖੀ ਦੀ ਖੁਸ਼ਬੋਈ ਨੂੰ ਗੁਰਮਤ ਦੇ ਅਨੁਸਾਰ ਬੜੇ ਸੁੰਦਰ ਢੰਗ ਨਾਲ ਫੈਲਾਇਆ। ਦੂਰ ਦੁਰਾਡੇ ਬੈਠੀਆਂ ਸੰਗਤਾਂ ਨੇ ਸਿੱਖੀ ਦੀ ਖੁਸ਼ਬੋ ਦਾ ਆਨੰਦ ਮਾਣਿਆ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜੇ। ਧੰਨ ਸ੍ਰੀ ਗੁਰੂ ਅਮਰਦਾਸ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਦੇਣੀਆਂ ਇਹ ਜਗਤ ਨਹੀਂ ਦੇ ਸਕਦਾ। ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਵਿੱਤਰ ਬਚਨਾਂ ਨੂੰ ਕੇਵਲ ਆਪਣੇ ਜੀਵਨ ਵਿੱਚ ਹੀ ਨਹੀਂ ਹੰਢਾਇਆ, ਸਗੋਂ ਸਾਰੇ ਵਿਸ਼ਵ ਦੇ ਵਿੱਚ ਗੁਰੂ ਦੇ ਉਹਨਾਂ ਪਾਵਨ ਉਪਦੇਸ਼ਾਂ ਦੀ ਸਾਂਝ ਪਾ ਕੇ ਸਿੱਖੀ ਦੇ ਥੰਮ ਦੀ ਦਿਆਈ ਸਾਰੀ ਜ਼ਿੰਮੇਵਾਰੀ ਆਪ ਸੰਭਾਲੀ। ਉਹਨਾਂ ਸਮਿਆਂ ਦੇ ਵਿੱਚ ਸਮਾਜ ਦੇ ਵਿੱਚ ਕਈ ਪ੍ਰਕਾਰ ਦੇ ਕੋੜ ਪਏ ਹੋਏ ਸਨ, ਜਿਵੇਂ ਸਤੀ ਪ੍ਰਥਾ, ਵਿਧਵਾ ਔਰਤ ਦੇ ਲਈ ਜੀਵਨ ਜਿਉਣਾ ਨਰਕ ਬਣ ਚੁੱਕਾ ਸੀ। ਹੋਰ ਇਸ ਪ੍ਰਕਾਰ ਦੀਆਂ ਧਰਮ, ਜਾਤ ਅਤੇ ਕੁੱਲ ਦੇ ਨਾਂ ਦੇ ਉੱਤੇ ਸਮਾਜ ਦੇ ਵਿੱਚ ਕਈ ਪ੍ਰਕਾਰ ਦੀਆਂ ਦੁਫੇਟੀਆਂ ਪੈ ਚੁੱਕੀਆਂ ਸਨ, ਜਿਨ੍ਹਾਂ ਕਾਰਜਾਂ ਨੂੰ ਆਦਿ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰੰਭਿਆ ਸੀ, ਉਹਨਾਂ ਕਾਰਜਾਂ ਨੂੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਬੜੇ ਸੁੰਦਰ ਢੰਗ ਦੇ ਨਾਲ ਆਪਣੀ ਜ਼ਿੰਮੇਵਾਰੀ ਸੰਭਾਲਦਿਆਂ ਜਗਤ ਨੂੰ ਸੇਧ ਬਖਸ਼ੀ। ਆਪਣੀ ਮਿੱਠੜੀ ਬਾਣੀ ਦੇ ਰਾਹੀਂ ਗੁਰ ਉਪਦੇਸ਼ ਨੂੰ ਜਗਤ ਦੇ ਵਿੱਚ ਵੰਡਿਆ।
ਕਿਸੇ ਪ੍ਰਾਣੀ ਦੇ ਚੜ੍ਹਾਈ ਕਰ ਜਾਣ 'ਤੇ ਉਸ ਦੀ ਔਰਤ ਨੂੰ ਸਤੀ ਹੋਣ ਲਈ ਮਜਬੂਰ ਕਰ ਦੇਣਾ, ਜੀਂਦਿਆਂ ਕਿਸੇ ਔਰਤ ਨੂੰ ਚਿਖਾ 'ਤੇ ਬਿਠਾ ਦੇਣਾ ਅਤੇ ਅਗਨ ਭੇਟ ਕਰ ਦੇਣਾ, ਇਹ ਉਸ ਸਮੇਂ ਇੱਕ ਬੜੀ ਵੱਡੀ ਅਲਾਮਤ ਸਮਝੀ ਜਾਂਦੀ ਸੀ। ਪਰ ਕਿਸੇ ਨੇ ਇਸ ਪ੍ਰਥਾ ਦੇ ਵਿਰੁੱਧ ਵਾਜਾ ਨਾ ਚੁੱਕਿਆ, ਕਿਸੇ ਨੇ ਇਸ ਗਲਤ ਪ੍ਰਥਾ ਦੇ ਵਿਰੁੱਧ ਹੋਕਾ ਨਹੀਂ ਦਿੱਤਾ। ਸਤਿਗੁਰਾਂ ਨੇ ਇਸ ਗਲਤ ਪ੍ਰਥਾ ਦੇ ਵਿਰੁੱਧ ਜਦੋਂ ਆਵਾਜ਼ ਚੁੱਕੀ, ਸਮਾਜ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਪੈਦਾ ਹੋਈ। ਸਮੇਂ ਦੇ ਬਾਦਸ਼ਾਹ ਅਕਬਰ ਨੇ, ਜੋ ਕਿ ਆਪ ਗੁਰੂ ਘਰ ਦਾ ਪ੍ਰੇਮੀ ਸੀ, ਗੁਰੂ ਸਾਹਿਬਾਂ ਦਾ ਅਤ ਸਤਿਕਾਰ ਕਰਦਾ ਸੀ, ਉਸ ਬਾਦਸ਼ਾਹ ਅਕਬਰ ਨੇ ਗੁਰੂ ਜੀ ਦੇ ਬਚਨ ਮੰਨਦਿਆਂ ਸਤੀ ਪ੍ਰਥਾ ਦੇ ਵਿਰੁੱਧ ਇੱਕ ਕਾਨੂੰਨ ਬਣਾ ਦਿੱਤਾ। ਇਹ ਦੇਣ ਜਗਤ ਨੂੰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਬਖਸ਼ੀ। ਇਸੇ ਪ੍ਰਕਾਰ ਕਿਸੇ ਪ੍ਰਾਣੀ ਦੇ ਚੜ੍ਹਾਈ ਕਰ ਜਾਣ 'ਤੇ ਜਦੋਂ ਔਰਤ ਬੇਵਾ ਹੋ ਜਾਂਦੀ ਸੀ, ਵਿਧਵਾ ਹੋ ਜਾਂਦੀ ਸੀ, ਸਤਿਗੁਰਾਂ ਨੇ ਜਗਤ ਨੂੰ ਹੋਕਾ ਦਿੱਤਾ, ਸਮਝਾਉਣਾ ਕੀਤਾ ਇਸ ਦੇ ਵਿੱਚ ਇਸਤਰੀ ਦਾ ਕੀ ਦੋਸ਼ ਹੈ। ਜੇ ਕਿਸੇ ਪ੍ਰਾਣੀ ਦੀ ਇਸਤਰੀ ਚੜ੍ਹਾਈ ਕਰ ਜਾਵੇ, ਉਹ ਪੁਨਰ ਵਿਆਹ ਕਰ ਸਕਦਾ ਹੈ, ਅਤੇ ਇਸਤਰੀ ਨੂੰ ਇਹ ਹੱਕ ਕਿਉਂ ਪ੍ਰਾਪਤ ਨਾ ਹੋਵੇ। ਸਤਿਗੁਰਾਂ ਨੇ ਬੇਵਾ ਔਰਤਾਂ ਦਾ, ਵਿਧਵਾ ਔਰਤਾਂ ਦਾ ਪੁਨਰ ਵਿਆਹ ਆਰੰਭਿਆ, ਤਾਂ ਜੇ ਔਰਤ ਵੀ ਸਮਾਜ ਦੇ ਵਿੱਚ ਮਾਣ ਦੇ ਨਾਲ, ਸਤਿਕਾਰ ਦੇ ਨਾਲ ਸਿਰ ਉੱਚਾ ਕਰਕੇ ਜੀਵਨ ਜੀ ਸਕੇ। ਪੰਗਤ ਅਤੇ ਸੰਗਤ ਦੀ ਮਰਿਆਦਾ ਨੂੰ ਸਤਿਗੁਰਾਂ ਨੇ ਕਾਇਮ ਕੀਤਾ, ਅਤੇ ਪਹਿਲੇ ਜਾਮੇ ਵਿੱਚ ਸਤਿਗੁਰਾਂ ਨੇ ਜੋ ਲੰਗਰ ਲਾਏ ਸਨ, ਉਸ ਲੰਗਰ ਦੀ ਪ੍ਰਥਾ ਨੂੰ ਗੁਰੂ ਉਪਦੇਸ਼ ਦੇ ਅਨੁਸਾਰ ਤੀਜੇ ਪਾਤਸ਼ਾਹ ਨੇ ਹੋਰ ਸੁੰਦਰ ਢੰਗ ਦੇ ਨਾਲ, ਪ੍ਰੇਮ ਅਤੇ ਪਿਆਰ ਦੇ ਨਾਲ, ਪਹਿਲਾਂ ਪੰਗਤ ਪਾਛੇ ਸੰਗਤ ਦਾ ਉਪਦੇਸ਼ ਬਖਸ਼ ਕੇ ਸੰਸਾਰ ਦੇ ਵਿੱਚ ਲੰਗਰ ਦੀ ਮਰਿਆਦਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ, ਜਿਸ ਮਰਿਆਦਾ ਨੂੰ ਅੱਜ ਵੀ ਸਾਰੇ ਸੰਸਾਰ ਦੇ ਵਿੱਚ ਸਤਿਕਾਰਿਆ ਜਾਂਦਾ ਹੈ। ਆਪਣੇ ਆਪ ਦੇ ਵਿੱਚ ਪੰਗਤ ਅਤੇ ਸੰਗਤ ਦੀ ਮਿਸਾਲ ਬਹੁਤ ਉੱਚੀ ਅਤੇ ਸੁੱਚੀ ਹੈ। ਸੋ ਸਤਿਗੁਰੂ ਤੀਜੇ ਪਾਤਸ਼ਾਹ ਇਹਨਾਂ ਪਵਿੱਤਰ ਬਚਨਾਂ ਦੇ ਵਿੱਚ ਉਪਦੇਸ਼ ਕਰ ਰਹੇ ਨੇ। ਕਲਗੀਧਰ ਪਾਤਸ਼ਾਹ ਜੀ ਦਾ ਸੋਹਣਾ 32ਵਾਂ ਉਪਦੇਸ਼, 32ਵਾਂ ਬਚਨ, ਗੁਰੂ ਉਪਦੇਸ਼ ਧਾਰਨ ਕਰਨੇ। ਸੋ ਯਤਨ ਹੈ ਕਲਗੀਧਰ ਪਾਤਸ਼ਾਹ ਜੀ ਦੇ ਇਹਨਾਂ 52 ਬਚਨਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ 'ਤੇ ਗੁਰਮਤਿ ਦੇ ਆਸ਼ੇ ਅਨੁਸਾਰ ਸੰਗਤ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਜਾਵੇ, ਤਾਂ ਜੇ ਕਈ ਅਣਭੋਲ ਵੀਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਲਗੀਧਰ ਪਾਤਸ਼ਾਹ ਦੀ ਬਾਣੀ ਤੋਂ ਵੱਖਰਾ ਕਰਦੇ ਨੇ, ਕਈ ਅਣਭੋਲ ਵੀਰ ਆਖਦਿਆ ਕਰਦੇ ਨੇ, ਅਸੀਂ ਪਹਿਲੀਆਂ 9 ਪਾਤਸ਼ਾਹੀਆਂ ਦੇ ਸਿੱਖ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ।
ਉਹ ਇਹ ਨਹੀਂ ਜਾਣਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਜੋਤ ਵਰਤੀ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਕੇਵਲ ਕਾਇਆ ਪਲਟੀ ਹੈ, ਜੋਤ ਉਹੀ ਨਿਰੰਕਾਰੀ ਹੈ ਜੋ ਧੰਨ ਗੁਰੂ ਨਾਨਕ ਦੇਵ ਜੀ ਨਿਰੰਕਾਰ ਕੇ ਦੇਸ਼ ਵਿੱਚੋਂ ਲੈ ਕੇ ਆਏ ਸਨ। ਕਲਗੀਧਰ ਪਾਤਸ਼ਾਹ ਨਿਰੰਕਾਰ ਦਾ ਸਰੂਪ ਨੇ, ਸਰਬ ਕਲਾ ਸੰਪੂਰਨ ਨੇ। ਉਹੀ ਜੋਤ ਮੇਰੇ ਪ੍ਰੀਤਮ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾ ਦਿੱਤੀ। ਸੋ ਇਹਨਾਂ 52 ਬਚਨਾਂ ਦੀ ਵਿਚਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਕਰੀਏ ਤਾਂ ਜੇ ਜਗਤ ਵਿੱਚ ਇੱਕ ਭੁਲੇਖਾ ਮੁੱਕ ਜਾਵੇ। 9 ਪਾਤਸ਼ਾਹੀਆਂ ਕੋਈ ਹੋਰ ਨੇ ਅਤੇ 10ਵੀਂ ਪਾਤਸ਼ਾਹੀ ਕੋਈ ਹੋਰ ਹੈ। ਗੁਰਦੇਵ ਬਖਸ਼ਿਸ਼ ਕਰ ਰਹੇ ਨੇ ਉਪਦੇਸ਼ ਦੀ ਕੀ ਮਹੱਤਤਾ ਹੈ। ਜਿਸ ਉਪਦੇਸ਼ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਨੇ 32ਵੇਂ ਬਚਨ ਵਿੱਚ ਕੀਤਾ, ਗੁਰ ਉਪਦੇਸ਼ ਧਾਰਨ ਕਰਨੇ, ਮੇਰੇ ਪਿਆਰੇ ਪ੍ਰੀਤਮ 3ਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਨੇ, ਹੁਕਮ ਕਰ ਰਹੇ ਨੇ, ਉਪਦੇਸ਼ ਦੇ ਰਹੇ ਨੇ। ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜੀਵਨ ਵਿੱਚ ਕਈ ਵੇਰਾ ਉਮਾਹਾ ਪ੍ਰਗਟ ਹੁੰਦਾ ਹੈ, ਚਾਅ ਪੈਦਾ ਹੁੰਦਾ ਹੈ ਕਿਸੇ ਪ੍ਰਕਾਰ ਦੀ ਸੇਵਾ ਆਰੰਭੀ ਜਾਵੇ, ਕੀਤੀ ਜਾਵੇ, ਗੁਰੂ ਦੀ ਪ੍ਰਸੰਨਤਾ ਲਈ ਜਾਵੇ। ਸਤਿਗੁਰੂ ਆਖਦੇ ਨੇ ਮੁਬਾਰਕ ਹੈ, ਪਰ ਇੱਕ ਗੱਲ ਦਾ ਧਿਆਨ ਰੱਖੀਏ, ਸੇਵਾ ਕੀਤੀ ਉਹ ਪ੍ਰਵਾਨ ਹੈ ਜਿਸ ਨਾਲ ਗੁਰੂ ਰੀਝਦਾ ਹੈ, ਸਤਿਗੁਰਾਂ ਦੀ ਪ੍ਰਸੰਨਤਾ ਦੇ ਪਾਤਰ ਬਣੀਦਾ ਹੈ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਤਿਗੁਰੂ ਸਮਝਾਉਣਾ ਕਰਦੇ ਨੇ ਸੇਵਾ ਕਰਨਾ ਮੁਬਾਰਕ ਹੈ, ਗੁਰਮਤ ਦੇ ਆਸ਼ੇ ਅਨੁਸਾਰ ਜਗਤ ਦੀ ਸੇਵਾ, ਕਿਸੇ ਗਰੀਬ ਦੀ ਸੇਵਾ, ਕਿਸੇ ਲੋੜਵੰਦ ਦੀ ਸੇਵਾ, ਗੁਰੂ ਘਰ ਦੀ ਸੇਵਾ ਕਰੀਏ, ਗੁਰੂ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਗਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਜਾਣ ਕੇ ਕਿਸੇ ਲੋੜਵੰਦ ਦੀ ਸਹਾਇਤਾ ਕਰਨਾ, ਸੇਵਾ ਕਰਦਿਆਂ ਚਿੱਤ ਕਰਤਾਰ ਵੱਲ ਹੋਵੇ, ਕਿਸੇ ਅਹੰਕਾਰ ਦੇ ਵਿੱਚ ਕਿਸੇ ਪ੍ਰਕਾਰ ਦੀ ਹਉਮੈ ਵਿੱਚ ਖੱਚਤ ਨਹੀਂ ਹੋਣਾ, ਤਾਂ ਸੇਵਾ ਪ੍ਰਵਾਨ ਹੁੰਦੀ ਹੈ। ਇਸ ਭਵ ਸਾਗਰ ਨੂੰ ਤਰਨ ਦੇ ਲਈ ਸਤਿਗੁਰੂ ਦੀ ਕਿਰਪਾ ਸਦਕਾ ਸੇਵਾ ਅਤੇ ਸਿਮਰਨ ਦੇ ਦੋ ਚੱਪੂ ਫੜ ਕੇ ਸਿੱਖੀ ਦੀ ਬੇੜੀ ਨੂੰ ਭਵ ਸਾਗਰ ਨੂੰ ਪਾਰ ਕਰਨ ਲਈ ਸਤਿਗੁਰਾਂ ਨੇ ਸਿੱਖ ਨੂੰ ਸੇਵਾ ਅਤੇ ਸਿਮਰਨ ਦੇ ਦੋ ਚੱਪੂ ਬਖਸ਼ੇ ਨੇ, ਜਿਨ੍ਹਾਂ ਦੇ ਰਾਹੀਂ ਧਰਮ ਦੀ ਬੇੜੀ 'ਤੇ ਬੈਠ ਕੇ ਗੁਰੂ ਦੀ ਕਿਰਪਾ ਦੇ ਨਾਲ ਇਹ ਭਵ ਸਾਗਰ ਤਰਿਆ ਜਾ ਸਕਦਾ। ਜਿਨ੍ਹਾਂ ਦੇ ਪੱਲੇ ਸੇਵਾ ਦਾ ਧਨ ਹੈ ਪਰ ਸਿਮਰਨ ਨਹੀਂ, ਉਹਨਾਂ ਦੀ ਬੇੜੀ ਮਝਧਾਰ ਦੇ ਵਿੱਚ ਰਹਿ ਜਾਂਦੀ ਹੈ, ਕਿਉਂਕਿ ਸਿਮਰਨ ਤੋਂ ਬਿਨਾਂ ਕੀਤੀ ਹੋਈ ਸੇਵਾ ਕਈ ਵੇਰਾਂ ਹਉਮੈ ਦਾ ਕਾਰਨ ਵੀ ਬਣ ਜਾਂਦੀ ਹੈ। ਸਿਮਰਨ ਕੀਤਿਆਂ ਮਨ ਨੂੰ ਤਰਵਾਸ ਪੈਦਾ ਹੁੰਦਾ ਹੈ, ਸਿਮਰਨ ਹਉਮੈ ਤੋਂ ਬਚਾਉਣ ਦਾ ਇੱਕੋ ਇੱਕ ਸਾਧਨ ਹੈ। ਸੇਵਾ ਦਾ ਉਮਾਹਾ, ਸਿਮਰਨ ਦਾ ਚਾਅ, ਇਹ ਸਿੱਖੀ ਦਾ ਮਾਰਗ ਹੈ। ਸਤਿਗੁਰੂ 3ਜੇ ਪਾਤਸ਼ਾਹ ਬਚਨ ਕਰਦੇ ਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਭੰਨੇ।
ਜੇ ਸੇਵਾ ਕੀਤਿਆਂ ਸਤਿਗੁਰੂ ਦੀ ਪ੍ਰਸੰਨਤਾ ਦੇ ਪਾਤਰ ਬਣ ਗਏ, ਗੁਰੂ ਰੀਝ ਗਿਆ ਅਤੇ ਜੀਵਨ ਵਿੱਚ ਪਾਪਾਂ ਦਾ, ਭੈੜੀ ਮਤ ਦਾ, ਅਧਰਮ ਦਾ, ਮਾੜੇ ਬੋਲਾਂ ਦਾ, ਮਾੜੀ ਸੋਚ ਦਾ ਅੰਤ ਹੋ ਜਾਵੇਗਾ। ਸਤਿਗੁਰੂ ਨੂੰ ਰਿਜਾਉਣਾ, ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਸਤਿਗੁਰੂ ਕਿਵੇਂ ਰੀਝਦਾ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਸਤਿਗੁਰੂ ਦਾ ਉਪਦੇਸ਼ ਗੁਰਸਿੱਖ ਨੇ ਸਰਵਣ ਕਰਨਾ ਅਤੇ ਜੀਵਨ ਵਿੱਚ ਢਾਲਣਾ। ਸਤਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੇ ਸਤਿਗੁਰੂ ਦਾ ਉਪਦੇਸ਼ ਜੀਵਨ ਵਿੱਚ ਕਮਾਉਣਾ ਕੀਤਾ, ਉੱਚੇ ਨੇ, ਸੁੱਚੇ ਨੇ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਤਾਂ ਉਹਨਾਂ ਲਈ ਇੱਕ ਬਚਨ ਆਖਦੇ ਨੇ, ਤੇ ਸੰਤ ਭੱਲੇ ਭਲ ਭਾਂਤ। ਉਹ ਸੰਤ ਨੇ, ਮਹਾਂਪੁਰਸ਼ ਨੇ, ਭੱਲੇ ਨੇ, ਭੱਲਿਆਂ ਤੋਂ ਵੀ ਭੱਲੇ ਨੇ, ਸਭ ਤੋਂ ਭੱਲੇ ਨੇ, ਜਿਨ੍ਹਾਂ ਨੇ ਪ੍ਰਭੂ ਦਾ ਉਪਦੇਸ਼, ਗੁਰੂ ਦਾ ਬਚਨ ਜੀਵਨ ਵਿੱਚ ਕਮਾਇਆ। ਗੁਰਦੇਵ ਪਾਤਸ਼ਾਹ ਕਿਰਪਾ ਕਰਦੇ ਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜ੍ਹੀ ਚਵਗਣ ਵੰਨੇ, ਇਹ ਚਾਲ ਨਿਰਾਲੀ ਗੁਰਸਿੱਖੀ, ਗੁਰਦੀਖਿਆ ਸੁਣ ਮਨ ਭਿੰਨੇ। ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨਣਾ, ਸਿੱਖ ਲਿਆ, ਜੀਵਨ ਜਾਚ ਸਿੱਖ ਲਈ, ਸਤਿਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਬਣ ਕੇ ਜੀਵਨ ਨੂੰ ਜੀਵਿਆ, ਉਹਨਾਂ ਨੂੰ ਸਤਿਗੁਰੂ ਨੇ ਨਿੱਤ ਨਿੱਤ ਚੜ੍ਹੈ ਸਵਾਈ ਵਾਲੀ ਅਵਸਥਾ ਦੇ ਵਿੱਚ ਬਖਸ਼ਿਸ਼ਾਂ ਦੇ ਭੰਡਾਰ ਜੀਵਨ ਦੇ ਵਿੱਚ ਪ੍ਰਗਟ ਕਰ ਦਿੱਤੇ। ਤਿੰਨ ਚੜ੍ਹੀ ਚਵਗਣ ਮੰਨੇ, ਜਿਹਨੂੰ ਅਸੀਂ ਆਖਦੇ ਹਾਂ ਦਿਨ ਦੂਣੀ ਅਤੇ ਰਾਤ ਚੌਗਣੀ ਤਰੱਕੀ, ਮੇਰਾ ਗੁਰੂ ਐਸੇ ਪਿਆਰ ਵਾਲਿਆਂ ਨੂੰ ਬਖਸ਼ਦਾ ਹੈ ਜੋ ਗੁਰੂ ਦੇ ਬਚਨ ਨੂੰ ਜੀਵਨ ਵਿੱਚ ਸੱਚ ਕਰ ਜਾਣਦੇ ਨੇ। ਇਹ ਕਿਰਪਾ ਕੇਵਲ ਉਹਨਾਂ ਬਖਸ਼ਿਆਂ 'ਤੇ ਹੋ ਸਕਦੀ ਹੈ ਜੋ ਕਿਰਪਾ ਦੇ ਪਾਤਰ ਬਣ ਜਾਣ, ਜੋ ਗੱਲੀ ਬਾਤੀ ਨਹੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਗੁਰਮਤ ਨੂੰ ਹੰਡਾਉਂਦੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਗੁਰਮਤ ਧਾਰਨ ਕੀਤਿਆਂ, ਗੁਰੂ ਦੇ ਬਚਨ ਸੁਣਿਆ, ਅੰਦਰਲੀ ਅਵਸਥਾ, ਚਿੱਤ ਦੀ ਅਵਸਥਾ ਬਦਲ ਜਾਂਦੀ ਹੈ। ਜੀਵਨ ਸਤਿਗੁਰੂ ਦੇ ਪ੍ਰੇਮ ਦੇ ਹੁਲਾਰੇ ਅਤੇ ਉੱਚੀਆਂ ਪੀਂਘਾਂ ਵੱਲ ਵੱਧਦਾ ਹੈ। ਇਹ ਐਸਾ ਹੁਲਾਰਾ ਹੈ ਜਿਸ ਨੂੰ ਗੁਰੂ ਬਖਸ਼ ਦੇਵੇ, ਤਿਨ੍ਹਾਂ ਦੇ ਜੀਵਨ ਵਿੱਚ ਕਈ ਪ੍ਰਕਾਰ ਦੇ ਬਦਲਾਵ ਮਹਿਸੂਸ ਕੀਤੇ ਜਾ ਸਕਦੇ ਨੇ। ਕਈ ਵੇਰਾਂ ਜੀਵ ਜੇ ਆਪਣੇ ਅੰਦਰ ਝਾਤ ਮਾਰਨ ਦਾ ਯਤਨ ਕਰੇ ਨਾ, ਤਾਂ ਇਹ ਚੈੱਕ ਕੀਤਾ ਜਾ ਸਕਦਾ ਹੈ। ਜੇ ਕਿਤੇ ਆਪਣੇ ਅੰਦਰ ਬਾਣੀ ਪੜ੍ਹਨ ਦਾ ਚਾਅ ਉਤਪੰਨ ਹੋ ਜਾਵੇ, ਨਾਮ ਜਪਣ ਦੀ ਰੰਗਣ ਲੱਗ ਜਾਵੇ, ਕਿਤੇ ਅੰਮ੍ਰਿਤ ਵੇਲੇ ਉੱਠਣ ਦਾ ਚਿੱਤ ਕਰੇ, ਆਪਣੇ ਅੰਦਰੋਂ ਇੱਕ ਵੈਰਾਗ ਪ੍ਰਗਟ ਹੋਵੇ ਗੁਰੂ ਦੇ ਪ੍ਰਤੀ, ਸਮਝ ਲੈਣਾ ਗੁਰੂ ਨੇ ਆਪਣੇ ਚਰਨਾਂ ਦਾ ਨਿੱਘ ਬਖਸ਼ ਦਿੱਤਾ, ਅੰਦਰ ਚਾਅ ਪ੍ਰਗਟ ਹੋ ਗਿਆ। ਕਈ ਵੇਰਾਂ ਐਸਾ ਵੀ ਵੇਖਣ ਵਿੱਚ ਮਿਲਦਾ, ਸਾਰੀ ਜ਼ਿੰਦਗੀ ਮਨੁੱਖ ਪਾਪ ਕਮਾਉਂਦਾ, ਮਾੜੇ ਕੰਮ ਕਰਦਾ, ਫਿਰ ਵੀ ਦਾਵਾ ਕਰ ਦਿੰਦਾ ਭੱਦਰ ਪੁਰਸ਼ ਹੋਣ ਦਾ, ਭਲਾ ਪੁਰਸ਼ ਹੋਣ ਦਾ। ਦਾਸ ਇੱਕ ਐਗਜ਼ਾਮਪਲ ਵਜੋਂ ਗੱਲ ਕਰਕੇ ਆਪ ਜੀ ਦੀ ਅਸੀਸ ਦੇ ਨਾਲ ਅੱਗੇ ਲੰਘਣ ਦਾ ਯਤਨ ਕਰੇ। ਨਿੱਕੇ ਹੁੰਦਿਆਂ ਸਮਾਜ ਦੇ ਵਿੱਚ ਕਈ ਵੇਰਾਂ ਵੇਖਿਆ ਕਰਦੇ ਸਾਂ, ਦੁਸ਼ਹਿਰੇ ਦੇ ਦਿਹਾੜੇ ਆਪਣੇ ਬੱਚਿਆਂ ਨੂੰ ਉਂਗਲ ਨਾਲ ਲਾ ਕੇ ਕਈ ਪ੍ਰਾਣੀ, ਖਾਸ ਕਰਕੇ ਸਾਡੇ ਹਿੰਦੂ ਭਰਾ, ਮਾਂ
ਦੁਸ਼ਹਿਰਾ ਵੇਖਣ ਦੇ ਲਈ, ਬੱਚਿਆਂ ਨੂੰ ਮੇਲਾ ਵਿਖਾਉਣ ਦੇ ਲਈ ਲੈ ਜਾਇਆ ਕਰਦੇ ਸਨ। ਉਹਨਾਂ ਦਾ ਧਰਮ ਹੈ, ਉਹਨਾਂ ਨੂੰ ਮੁਬਾਰਕ ਹੈ। ਇਸ ਦਿਹਾੜੇ ਨੂੰ ਹਿੰਦੂ ਧਰਮ ਦੇ ਵਿੱਚ ਝੂਠ ਦੇ ਉੱਪਰ ਸੱਚ ਦੀ ਜਿੱਤ ਕਰਕੇ ਮਨਾਇਆ ਜਾਂਦਾ ਹੈ। ਹੈਰਾਨੀ ਹੁੰਦੀ ਹੈ, ਸਾਰੀ ਉਮਰ ਬੱਚਿਆਂ ਨੂੰ ਉਂਗਲ ਲਾ ਕੇ ਮੇਲਾ ਵੇਖਦੇ ਰਹੇ, ਜ਼ਿੰਦਗੀ ਬੀਤ ਗਈ, ਰਾਵਣ ਨੂੰ ਅਗਨ ਭੇਟ ਕੀਤਾ ਗਿਆ, ਰਾਵਣ ਨੂੰ ਸਾੜ ਦਿੱਤਾ ਗਿਆ, ਰਾਵਣ ਨੂੰ ਅੱਗ ਲਾ ਕੇ ਆਪਣੇ ਘਰ ਵਾਪਸ ਆ ਗਏ। ਕਦੇ ਵਿਚਾਰ ਨਹੀਂ ਕੀਤੀ ਪਿਛਲੇ ਸਾਲ ਤਾਂ ਰਾਵਣ ਨੂੰ ਅਗਨ ਭੇਟ ਕਰਕੇ ਆਏ ਸਾਂ, ਇਸ ਸਾਲ ਰਾਵਣ ਫਿਰ ਕਿੱਥੋਂ ਪੈਦਾ ਹੋ ਗਿਆ। ਘਰ ਦੇ ਵਿੱਚ ਕੋਈ ਜੀ ਚੜ੍ਹਾਈ ਕਰ ਜਾਵੇ, ਭਾਣਾ ਵਰਤ ਜਾਵੇ, ਸਾਰਾ ਭਾਈਚਾਰਾ ਇਕੱਤਰ ਹੋ ਕੇ ਸ਼ਮਸ਼ਾਨ ਘਾਟ ਸਰੀਰ ਨੂੰ ਅਗਨ ਭੇਟ ਕਰ ਆਉਂਦਾ। ਕਦੇ ਕਿਸੇ ਨੇ ਨਹੀਂ ਸੁਣਿਆ ਕਿ ਬੰਦਾ ਆਖੇ ਘਰ ਦਾ ਕੋਈ ਜੀ ਪਿਛਲੇ ਸਾਲ ਚੜ੍ਹਾਈ ਕਰ ਗਿਆ ਸੀ, ਇਸ ਸਾਲ ਫਿਰ ਕਿਸੇ ਨੂੰ ਅਗਨ ਭੇਟ ਕਰਨਾ। ਕਿਉਂਕਿ ਇੱਕ ਵਾਰ ਸਰੀਰ ਨੂੰ ਅਗਨ ਭੇਟ ਕਰਤਾ, ਸਰੀਰ ਮਿੱਟੀ ਹੋ ਗਿਆ। ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖ ਨਾ ਅੰਤ ਖੇ ਕੀ ਖੇ। ਇੱਕ ਵਾਰੀ ਸਰੀਰ ਮਿੱਟੀ ਹੋ ਗਿਆ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੈ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪਰ ਰਾਵਣ ਨੂੰ ਹਰ ਵਾਰ ਹਰ ਸਾਲ ਸਾੜਨ ਦੀ ਕਿਉਂ ਲੋੜ ਪੈ ਗਈ? ਕੇਵਲ ਇੱਕ ਨਹੀਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਤਾਂ ਕੇਵਲ ਸ਼ਹਿਰ ਦੇ ਵਿੱਚ ਇੱਕ ਥਾਂ 'ਤੇ ਨਹੀਂ, ਹਰ ਇੱਕ ਮੁਹੱਲੇ ਵਿੱਚ ਵੀ ਕਈ ਵਾਰਾਂ ਬੱਚੇ ਇਕੱਠੇ ਹੋ ਕੇ ਰਾਵਣ ਸਾੜ ਦਿੰਦੇ ਨੇ। ਮੁਆਫ਼ੀ ਦੇਣਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਂ ਇਵੇਂ ਆਖ ਲਈਏ ਲੱਖਾਂ ਦੀ ਗਿਣਤੀ ਦੇ ਵਿੱਚ ਦੁਸ਼ਹਿਰੇ ਵਾਲੇ ਦਿਹਾੜੇ ਰਾਵਣ ਫੂਕੇ ਜਾਂਦੇ ਨੇ, ਪਰ ਅਸਲ ਦੇ ਵਿੱਚ ਅਸੀਂ ਕੇਵਲ ਰਾਵਣ ਦਾ ਪੁਤਲਾ ਸਾੜਦੇ ਹਾਂ। ਇਸ ਕਰਕੇ ਫਿਰ ਅਗਲੇ ਸਾਲ ਉਹਨੂੰ ਸਾੜਨ ਦੀ ਤਿਆਰੀ ਕਰਦੇ ਹਾਂ। ਅਸੀਂ ਕੇਵਲ ਰਾਵਣ ਦੇ ਪੁਤਲੇ ਨੂੰ ਸਾੜ ਕੇ ਪ੍ਰਸੰਨ ਹੋ ਜਾਂਦੇ ਹਾਂ। ਸਾਡੇ ਭਰਾਵਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੈ, ਪਰ ਦਾਸ ਦੋਏ ਕਰ ਜੋੜ ਬੇਨਤੀ ਕਰੇ, ਉੱਥੇ ਰਾਵਣ ਦਾ ਪੁਤਲਾ ਸਾੜ ਕੇ ਘਰ ਆਉਂਦੇ ਹਾਂ ਅਤੇ ਸਾਡੇ ਅੰਦਰ ਕਾਮ ਰੂਪੀ ਰਾਵਣ, ਕ੍ਰੋਧ ਰੂਪੀ ਰਾਵਣ, ਲੋਭ ਮੋਹ ਅਹੰਕਾਰ ਰੂਪੀ ਰਾਵਣ ਤਾਂ ਅਜੇ ਸੜਿਆ ਹੀ ਨਹੀਂ। ਜਦੋਂ ਤੱਕ ਅੰਦਰ ਦੇ ਇਸ ਰਾਵਣ ਨੂੰ ਨਹੀਂ ਨਾ ਸਾਣਾਂਗੇ, ਜਦੋਂ ਤੱਕ ਆਪਣੇ ਅੰਦਰ ਦਾ ਰਾਵਣ ਨਹੀਂ ਸਾਣਾਂਗੇ, ਸਮਾਜ ਦਾ ਭਲਾ ਨਹੀਂ ਹੋਣਾ। ਬਾਹਰ ਮੁਖੀ ਅਸੀਂ ਪੁਤਲਾ ਸਾੜ ਕੇ ਧਰਮੀ ਅਖਵਾਉਂਦੇ ਹਾਂ, ਅਸਲੀ ਧਰਮ ਤਾਂ ਉਸ ਦਿਹਾੜੇ ਪ੍ਰਗਟ ਹੋਣਾ ਜਿਸ ਦਿਨ ਅਸੀਂ ਅੰਤਰਮੁਖੀ ਰਾਵਣ ਨੂੰ ਸਾੜ ਲਵਾਂਗੇ। ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨ 'ਤੇ ਆਪ ਛਡਾਵੋ, ਇਹ ਭੀਤਰ 'ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਹੇ ਸਤਿਗੁਰੂ, ਤੁਹਾਡੀ ਕਿਰਪਾ ਵਰਤ ਜਾਵੇ, ਸਾਡੇ ਅੰਦਰੋਂ ਇਹ ਪੰਜ ਚੋਰ, ਇਹ ਪੰਜ ਰਾਵਣ ਸਦਾ ਦੇ ਲਈ ਸਮਾਪਤ ਕਰ ਦਿਓ। ਆਪਣੇ ਉਪਦੇਸ਼ ਰਾਹੀਂ, ਆਪਣੇ ਮਿੱਠੜੇ ਬਚਨਾਂ ਰਾਹੀਂ, ਬਾਣੀ ਦੇ ਤੀਰਾਂ ਰਾਹੀਂ ਇਸ ਅੰਦਰ ਦੇ ਰਾਵਣ ਨੂੰ ਮੁਕਾ ਦਿਓ। ਗੁਰਦੇਵ ਪਾਤਸ਼ਾਹ, ਬਖਸ਼ਿਸ਼ ਕਰੋ ਨਾ। ਬਾਹਰ ਮੁਖੀ ਤਾਂ ਧਰਮੀ ਬਣ ਗਏ ਹਾਂ, ਪੁਤਲੇ ਸਾੜ ਲਏ ਨੇ, ਪਰ ਅੰਦਰ ਦਾ ਰਾਵਣ ਅਜੇ ਨਹੀਂ ਸਣਿਆ। ਹੇ ਸਤਿਗੁਰੂ, ਤੁਹਾਡੀ ਕਿਰਪਾ ਵਰਤੇ, ਰਾਮ ਭਗਤ ਅਣਿਆਲੇ ਤੀਰ, ਕਿਤੇ ਉਹ ਸ਼ਬਦ ਦੇ ਤੀਰ
ਭਗਤੀ ਦੇ ਬਾਣ ਸਾਡੇ ਪਾਪੀ ਹਿਰਦੇ ਨੂੰ ਵੀ ਵੱਜ ਜਾਣ। ਜੋ ਇਸ ਸਰੀਰ ਦੇ ਵਿੱਚ ਲਾਲਚ ਦਾ ਰੱਤ, ਝੂਠ ਤੇ ਕੂੜ ਕਪਟ ਦਾ ਲਹੂ ਸਰੀਰ ਦੇ ਵਿੱਚ ਹਰ ਵੇਲੇ ਦੌੜ ਰਿਹਾ, ਕੂੜ ਦੀਆਂ ਨਦੀਆਂ ਵਗ ਰਹੀਆਂ ਨੇ, ਕਾਮ ਕ੍ਰੋਧ ਦੇ ਸਰੋਵਰ ਭਰੇ ਪਏ ਨੇ, ਹੇ ਸਤਿਗੁਰੂ ਬਾਣੀ ਦੇ ਤੁਹਾਡੇ ਇੱਕ ਬਚਨ ਰੂਪੀ ਤੀਰ ਦੇ ਨਾਲ ਕਿਤੇ ਕਿਰਪਾ ਵਰਤ ਜਾਵੇ, ਅੰਦਰ ਦਾ ਰਾਵਣ ਸਦਾ ਲਈ ਮੁੱਕ ਜਾਵੇ, ਤੁਹਾਡੇ ਚਰਨਾਂ ਦੀ ਨੇੜਤਾ ਪ੍ਰਾਪਤ ਹੋ ਸਕੇ, ਤੁਹਾਡੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਦਾ ਮੂਲ ਪ੍ਰਾਪਤ ਹੋ ਜਾਵੇ, ਤੁਹਾਡੇ ਬਖਸ਼ੇ ਹੋਏ ਮੂਲ ਮੰਤਰ ਅਤੇ ਗੁਰਮੰਤਰ ਨਾਲ ਜੁੜ ਕੇ ਬਖਸ਼ਿਆਂ ਦੀ ਸੰਗਤ ਵਿੱਚੋਂ ਕਿਤੇ ਜੀਵਨ ਵਿੱਚ ਧਰਮ ਪ੍ਰਗਟ ਹੋ ਜਾਵੇ। ਜਿੱਥੇ ਜਾਏ ਬਹੀਏ ਭਲਾ ਕਹੀਏ।